ਸਾਜੀ ਇੱਥੋਂ ਖਾਈਏ ਸਾਜੀ ਇੰਜ ਵਾ ਵੀ ਜਿਵੇਂ ਨਾ ਜਾਨ ਨਾ ਨਿਕਲ ਹੀ ਜਾਣੀ ਆ ਤੇ ਮੇਰੇ ਤੇ ਐਂ ਜਿਵੇਂ ਫਰਿਸ਼ਤਾ ਨਾ ਆਲੇ ਦੁਆਲੇ ਤੁਰਿਆ ਫਿਰਦਾ ਵਾ ਕਿਉਂ ਤੇਰੇ ਤੁਰੇ ਫਿਰਦਾ ਬੇਟਾ ਸਾਡੇ ਤੁਰਿਆ ਫਿਰਦਾ ਵਾ ਨਹੀਂ ਨਹੀਂ ਇੱਥੇ ਬਹਿ ਜਾ ਵੀ ਇੰਨਾ ਸਫ਼ਰ ਕਰਾ ਲਿਆ ਵਾ ਵੀ ਤੁਸੀਂ ਤੁਸੀਂ ਆਪ ਵੀ ਡਾਈਟ ਅੱਲਾ ਦੀ ਰਹਿਮਤ ਨਾਲ ਘੱਟ ਕਰਦੇ ਹੋ ਇੱਕ ਮੁੰਡਾ ਆਏਗਾ ਲੈਣ ਸਾਨੂੰ ਪੁੱਛਣ ਤੇ ਅਸੀਂ ਆਪ ਜਾਣਾ ਅੱਲਾ ਕਰੇ ਆ ਜੇ ਪੰਜ ਨਹੀਂ ਭੁੱਖ ਲੱਗੀ ਹੈ ਨਾ ਕੀ ਹਾਲ ਚਾਲ ਹੈ ਭਾਈ ਠੀਕ ਠਾਕ ਹੈ ਅਲਹਮਦੁਲਿਲਾ ਆਰਡਰ ਦੇ ਰਹੇ ਆਪ ਜੀ ਲੈ ਲੈ ਕੀ ਲੈਣੇ ਲੱਗੇ ਆ ਦੋ ਥੰਡਰ ਸਿੰਗਰ ਹੈ ਥੰਡਰ ਹਾਂਜੀ ਥੰਡਰ ਇਤਨੀ ਪੈ ਰਹੀ ਹੈ ਬਾਹਰ ਤੁਸੀਂ ਥੰਡਰ ਲੈਣ ਆਏ ਦੋ ਥੰਡਰ ਸਿੰਗਰ ਹਾਂਜੀ ਕਿੰਨੇ ਕਾ ਹੈ ਇੱਕ ਇਹ 320 ਕਾ ਹੈ ਇੱਕ ਹਾਂਜੀ ਤੇ 640 ਰੁਪਏ ਹਾਂਜੀ ਤੇ ਇਹਦੇ ਚ 320 ਹੋਰ ਪਾਓ ਕਿੰਨੇ ਹੋ ਗਏ 960 ਤੇ 960 ਦਿਓ ਅੱਛਾ ਇੱਕ ਤੁਹਾਡਾ ਨਾਲ ਹਾਂ ਯਾਰ ਬੰਦਾ ਉਦਾਂ ਨਾ ਕਰ ਦੇ ਬਿਸਤੀ ਕਿਉਂ ਕਰ ਰਿਹਾ ਤੂੰ ਹੱਸ ਕੇ ਠੀਕ ਲਵਾ ਦੇਣਾ ਲਵਾਓ ਨਹੀਂ ਤੂੰ 320 ਮੈਨੂੰ ਕੈਸ਼ ਦੇ ਦੇਣਾ ਹਾਂ ਉਹ ਨਹੀਂ ਯਾਰ ਦੋ ਹੀ ਕਰਦੇ ਯਾਰ ਨੇ ਵਿਚਾਰੇ ਨੇ ਮੁੜ ਕੇ ਘਰ ਜਾ ਕੇ ਮੁੜ ਕੇ ਤੂੰ ਅੱਬੇ ਦੇਣ ਕਹਿਣਾ ਬਕਾਇਆ ਪੈਸੇ ਦੇ ਤੂੰ ਜਦੋਂ 30 ਰੁਪਏ ਦੇਣੇ ਨਾ ਤੇ ਤੈਨੂੰ ਫਿਰ ਕੁੱਟ ਪੈਣੀ ਹੈ ਤੂੰ ਕਹਿਣਾ ਜਾਨੀ ਜਾਂਦਾ ਉਹਦਾ ਇੱਕ ਮੁੰਡਾ ਸੀ ਉਹਨੇ ਕਹਿਣਾ ਉਹ ਕਿਹੜਾ ਸੀ ਫਲਾਣਾ ਫਲਾਣਾ 30 ਉਹਨੇ ਗਾਲਾਂ ਕੱਢ ਦੇਣੀਆਂ ਮੈਨੂੰ ਤੇਰੇ ਬੁੜੇ ਨੇ ਹੈਂ ਜਾਣਦੇ ਮੈਨੂੰ ਜਾਣਦੇ ਹੋਣੇ ਹੈਂ ਅੱਛਾ ਹੁਣ ਇੰਨੀ ਦੇਰ ਕਿਉਂ ਲਾ ਰਿਹਾ ਵੀ ਜਾਂਦੇ ਪੈਸੇ ਕੱਢ ਕੇ ਫੜਾ ਇਹ ਲੈ ਕੇ ਘਰ ਨੀ ਚਲੇ ਜਾਣਾ ਐਡੀ ਦੂਰੋਂ ਨੀ ਵਾਈਬ੍ਰੇਟ ਕਰਨਾ ਉਹਨੇ ਹਾਂ ਉਹ ਤਾਂ ਫੈਸਲਾਬਾਦ ਦੀ ਗੱਡੀ 'ਚ ਬਹਿ ਜਾਵੇ ਆਹੋ ਬਾਈ ਕੀ ਹਾਲ ਚਾਲ ਹੈ ਬਾਈ ਇਹ ਕਿਆ ਨਾਮ ਹੈ ਸ਼ੋਪ ਕਾ ਡਾਕਟਰ ਸੋਸੀ ਸੋਸੀ ਬਰਗਰ ਕੌਣ ਕੌਣ ਸਾ ਹੁੰਦਾ ਆਪਣੇ ਪਾਸ ਲੈ ਲਓ ਕੁਛ ਭੁੱਖ ਬੇਬਾ ਲੱਗੀ ਆ ਪਾਏ ਨਾ ਥੰਡਰ ਆ ਤੇ ਗ੍ਰਿਲਡ ਹੈ ਗ੍ਰਿਲਡ ਬਰਗਰ ਹੈ ਫਿਲਟ ਅੰਦਰ ਭਾਣੇ ਆਪਨੇ ਨਾ ਕਿਤਨੇ ਬਰਗਰ ਹੈ ਕੋਲ ਅੱਗ ਬਸ ਚਾਰ ਬਰਗਰ ਤੁਹਾਡੇ ਕੋਲ ਸਿਰਫ ਬਾਕੀ ਪੰਜਵਾਂ ਬਰਗਰ ਕੋਈ ਮੰਗੇ ਤੇ ਦੁਕਾਨ ਬੰਦ ਨਹੀਂ ਜੇ ਕੋਈ ਪੰਜਵਾਂ ਬਰਗਰ ਮੰਗ ਲਵੇ ਤੇ ਅੱਛਾ ਆਪਕੇ ਪਾਸ ਚਾਰ ਬਰਗਰ ਕੀ ਕੈਟਾਗਰੀਜ਼ ਹੈ ਯਾਨੀ ਉਹ ਬੇਟਾ ਥੋੜਾ ਘੈਟਾ ਗਰੀ ਹੋ ਯਾਰ ਇੱਕ ਕੜੀ ਦੀ ਪਲੇਟ ਲਾ ਤੂੰ ਕੜੀ ਇਹ ਡਰਾਈਵਰ ਹੋਟਲ ਤੇ ਆਇਆ ਹੈ ਇਹ ਖੀਰੇ ਜਿਹੜੇ ਕਿਤੇ ਦੀ ਪਲੇਟ ਆ ਇਹ ਪਲੇਟ ਨਹੀਂ ਹੈ ਇਹ ਇਸਕੇ ਅੰਦਰ ਐਡ ਹੋਤਾ ਹੈ ਮਾਰਾ ਸਟੈਂਡਰਡ ਸਾਈਜ਼ ਹੋਤਾ ਹੈ ਕਿਤਨਾ ਬੈਟਰ ਕੇ ਲਈ ਹੈ ਕਿਤਨੇ ਕਾ 30 ਕਾ ਜੀ ਸਰ ਇਹ 30 ਰੁਪਏ ਦਾ ਖੀਰਾ ਯਾਰ ਤੇਰੇ ਕੋ ਕੋਈ ਛੱਡਿਆ ਬਰਗਰ ਨਹੀਂ ਪਿਆ ਦੇ ਮੈਨੂੰ ਯਾਰ ਛੱਡਿਆ ਬਰਗਰ ਮਤਲਬ ਜਿਹੜਾ ਕਹਿੰਦੇ ਯਾਰ ਛੱਡ ਗਿਆ ਨਹੀਂ ਉਹ ਹਲਕੀਆਂ ਦੁਕਾਨਾਂ ਤੇ ਛੱਡਦੇ ਨੇ ਤੇਰੇ ਕੋ ਕੋਈ ਮੁਫਤਰ ਬਰਗਰ ਨਹੀਂ ਹੈ ਮੁਫਤਰ ਮੁਫਤਰ ਇਹਦੇ ਕੋ ਥੈਂਡਰ ਆ ਯਾਰ ਕੋ ਗਰਮਰ ਬਰਗਰ ਦੇ ਯਾਰ ਸਾਨੂੰ ਲੈ ਗਰਮਰ ਬਰਗਰ ਅੱਛਾ ਭਾਈ ਜਾਨ ਆਪ ਐਸਾ ਕਰੇ ਚਾਰ ਬਰਗਰ ਕੌਣ ਸੇ ਸਰ ਮਾਮਲਾ ਬਰਗਰ ਹੈ ਥੰਡਰ ਐ ਇੱਕ ਥੰਡ ਤੂੰ ਕਿਹੜਾ ਖਾਣਾ ਕਸਮੇ ਖੁਦਾ ਦੀ ਬਹੁਤ ਥੰਡਰ ਲੱਗ ਰਹੀ ਹੈ ਤੇ ਤੂੰ ਖਾਣਾ ਕਿਹੜਾ ਵਾ ਥੰਡਰ ਖਾਣਾ ਵਾ ਯਾਰ ਪਹਿਲੇ ਕਿਹੜਾ ਜਲਦੀ ਕਿਹੜਾ ਲੱਗੂਗਾ ਜਲਦੀ ਕਿਹੜਾ ਸਾਰੇ ਟਾਈਮ ਸੇ ਆਏਗੇ 15 ਸੇ 20 ਮਿੰਟ ਯਾਰ ਟਾਈਮ ਨਾ ਕਿਤੇ ਗਏ ਆ ਅਸੀਂ ਫਿਰ ਲੈ ਜਾਂਦੇ ਆ ਤੈਨੂੰ ਕੱਲ ਆ ਕੇ ਨਾ ਯਾਦ ਕਰਕੇ ਦੇ ਦੇਵਾਂਗੇ ਆਰਡਰ ਚਾਰ ਬਰਗਰ ਨੇ ਇੱਕ ਬਰਗਰ ਨੂੰ 15 ਮਿੰਟ ਲੱਗਣੇ ਚਾਰ ਨੂੰ ਘੰਟਾ ਲੱਗੇਗਾ ਨਹੀਂ ਸਰ 15 ਮਿੰਟ ਹੀ 15 ਵੀ ਚਾਰਾਂ ਚ ਇੱਕ ਆਰਡਰ ਚ 15 ਮਿੰਟ ਲੱਗਦੇ ਇੱਕ ਆਰਡਰ ਚ 15 ਮਿੰਟ ਲੱਗਦੇ ਜਾਹਲਾ ਪੁੱਛੋ ਇੱਕ ਦੇ ਰੇਟ ਚ ਚਾਰ ਦੇਗਾ ਕਿੰਨੇ ਦਾ ਹੈ ਜੀ ਥੰਡਰ ਸਿੰਗਾ 320 ਦਾ ਚਿਕਨ ਗ੍ਰਿਲ ਬਰਗਰ 380 ਦਾ ਚਿਕਨ ਫਿਲੇ 340 ਦਾ ਚਿਕਨ ਜੰਮੋ ਪੈਟੀ 280 ਦਾ ਕੋਈ ਰੌਲਾ ਨਹੀਂ ਮੈਂ ਕਿਹਾ ਪਤਾ ਨਹੀਂ ਸ਼ਾਇਦ ਮੈਂ ਵੀ ਡਰਨ ਰਿਹਾ ਸਾ ਯਾਰ ਪੈਸੇ ਦੀ ਗੱਲ ਹੀ ਨਹੀਂ ਕਰਨੀ ਤੂੰ ਇੱਥੇ ਕੋਈ ਹੋਟਲ ਹੈ ਜਿੱਥੋਂ ਅੱਛੀ ਦਾਲ ਮਿਲੇ ਨਾਲ ਪਵਾਓ ਕੋ ਲਾਗੇ ਆਪਣੇ ਜੇ ਤੁਸੀਂ ਟੇਸਟ ਕਰੋ ਤੁਹਾਨੂੰ ਮਜ਼ਾ ਆਏਗਾ ਨਾ ਮਜ਼ਾ ਆਇਆ ਫਿਰ ਗੱਲ ਪਾਇਣ 320 ਰੁਪਏ ਦਾ ਨਹੀਂ ਮੈਂ ਵੈਸੇ ਮਜ਼ਾਕ ਲੱਗਾ 320 ਰੁਪਏ ਦਾ ਕੋਈ ਏਡਾ ਰੌਲਾ ਨਹੀਂ ਮੈਨੂੰ ਪੁਦੀਨੇ ਵਾਲੀ ਚਟਣੀ ਜ਼ਰੂਰ ਦੇਈ ਹੈ ਪੁਦੀਨੇ ਵਾਲੀ ਚਟਣੀ
ਇਹਨੂੰ ਕਮੀਨੇ ਵਾਲੀ ਚਟਨੀ ਦੇ ਦੀ ਨਾਲ। ਚਾਰ ਬਰਗਰ ਹੈ ਔਰ ਕੋਲਡ ਡਰਿੰਕ ਹੈ। ਹਾਂ ਕਿੰਨੇ ਪੈਸੇ ਆਪਾਂ ਟੋਟਲ ਬਿੱਲ ਹੋ ਗਿਆ 1500 ਤਨਖਾਹ ਆਪਣੇ ਪੈਸੇ ਲੈਤੇ ਬਾਅਦ ਮੈਂ ਪਹਿਲੇ ਲੈਤੇ ਗੁਆਂਢੀ ਹੈਗਾ ਹੀ ਆ ਜਾਣਦੇ ਹੋਣੇ ਬੱਚੇ ਬੜੀ ਦੂਰੋਂ ਆਏ ਨੇ, ਬਾਤ ਕੋਈ ਨੀ 1500 ਕੀ। ਹਾਂਜੀ ਭੁੱਖ ਬਹੁਤ ਲੱਗੀ ਆ। ਓਏ ਯਾਰ ਤੁਸੀਂ ਮੈਨੂੰ ਪਤਾ ਸੀ ਭਾਈ ਹੋਟਲ ਕੋਈ ਨੀ ਖੁੱਲਾ ਲੈ ਤੇ ਇਸ ਬੰਦੇ ਦੇ ਮੈਂ ਗੱਲਾਂ ਨਾ ਸੁਣਾ। ਮੈਨੂੰ ਪਹਿਲਾਂ ਹੀ ਪਤਾ ਸੀ। ਪੈਸੇ ਕੱਢੋ, ਖਾਰਿਸ਼ ਨਾ ਕਰੋ, ਪੈਸੇ ਕੱਢੋ। ਕਿੱਥੋਂ? ਆ ਉਧਰੋਂ। ਬੇਟੇ ਅੱਜ ਤੱਕ ਫੈਸਲਾ ਪਾ ਤੋ ਕਦੀ ਅੱਲਾ ਦੀ ਰਹਿਮਤ ਨਾਲ ਨਕਦ ਨਹੀਂ ਖਾਦਾ। ਐਸੀ ਮੈਨੂੰ ਲੱਗਦਾ ਗੱਡੀ ਰਹਿ ਗਈ ਪਿਛਲੀ। ਅਪ੍ਰੈਲ ਫੂਲ ਅਸੀਂ ਅੱਜ ਰੋਟੀ ਖਾ ਕੇ ਆਏ ਹਾਂ। ਕੀ ਕੋਈ ਨਹੀਂ ਅਪ੍ਰੈਲ ਫੂਲ। ਸਿੱਧਾ ਕਰ। ਅੱਛਾ ਇਸ ਵਿੱਚ ਆਵਾਜ਼ ਆਏਗੀ ਫਿਰ ਹਮ ਆ ਜਾਏ ਤੋ ਯੇ ਕਿਤਨੀ ਦੂਰ ਤੱਕ? ਆਧਾ ਕਿਲੋਮੀਟਰ। ਇਹ ਕਿੰਨੇ ਕਿਤਾ ਵੇਚ ਜਾਂਦਾ ਹੁੰਦਾ ਵੈਸੇ? ਚਿੰਗਮ ਤੇ ਲਾਇਆ, ਕੋਈ ਕੰਮ ਨੀ ਕਰਨ ਡਿਆ। ਨਾਦਰੀਨ ਹਮ ਬਣਾ ਰਹੇ ਹਾਂ ਵੀਲੌਗ। ਵੀਲੌਗ ਹਮ ਗੁਜਰਾਂਵਾਲਾ ਸ਼ੋਅ ਕਰਨੇ ਜਾ ਰਹੇ ਥੇ, ਵਜ਼ੀਰਾਬਾਦ ਸੇ ਏਕ ਕਾਮ ਕੇ ਸਿਲਸਿਲੇ ਮੇਂ ਆਏ, ਹਮੇ ਭੂਖ ਲੱਗ ਗਈ, ਹਮਨੇ ਯਹਾਂ ਪੇ ਯੇ ਥੋੜਾ ਸਾ ਚਿਲ ਮਾਹੌਲ ਕੀਆ ਹੈ ਭਾਈ। ਪਤਾ ਨਹੀਂ ਆਪ ਹਮੇ ਜਾਣਤੇ ਮੁਝੇ ਦੇਖਾ ਹੋਇਆ ਹੈ। ਜਾਣਦਾ ਹੀ ਨਹੀਂ ਸਾਨੂੰ ਹਲੇ, ਜੇ ਤੂੰ ਜਾਣਦਾ ਹੁੰਦਾ ਤੂੰ ਬਰਗਰ ਦੇ ਪੈਸੇ ਨਾ ਮੰਗਦਾ ਤੁਹਾਡੇ ਕੋਲ। ਇਹਨਾਂ ਨੂੰ ਪਤਾ ਹੀ ਨਹੀਂ ਹੈ ਕਿਸ ਤਰ੍ਹਾਂ ਗਰੀਬ ਨੇ ਹੈਂਡਲ ਕਰੀਦਾ ਵਾ। ਤੋ ਹਮ ਯਹਾਂ ਪੇ ਵੀਲੌਗ ਬਣਾ ਰਹੇ ਹੈਂ ਨਾਦਰੀਨ, ਯਹਾਂ ਪੇ ਹਮ ਬਰਗਰ ਖਾਏਂਗੇ। ਬਰਗਰ ਖਾ ਕੇ ਹਮ ਆਪਕੋ ਬਤਾਏਂਗੇ ਯੇ ਕੈਸਾ ਬਰਗਰ ਹੈ। ਯੇ ਹੈ ਵਜ਼ੀਰਾਬਾਦ ਮਹੱਲਾ ਕਿਹੜਾ ਜੀ? ਡੌਂਕਲ 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 ਲਿਟਲ ਸਟਾਰ ਮੋੜ। ਓ ਸਾਜ ਜੀ ਡੌਂਕਲ ਡੌਂਕਲ ਲੋ ਡੌਂਕਲ ਮੋੜ ਔਰ ਵਜ਼ੀਰਾਬਾਦ ਆ ਜਾਓ ਆ ਜਾਓ। ਆ ਇਹਦਾ ਧਿਆਨ ਰੱਖੀ ਹੁਣ ਪਾ ਕੇ ਗਾਹ ਵੰਡਣੇ ਤੂੰ ਇਹਦੇ ਨਾਲ ਦੇਖੀ ਜਾਣਾ ਹੁਣ। ਅੱਛਾ ਕੁਛ ਹੈ ਆਵੇ ਪੱਤੀ ਬਲੇ ਤੇ ਤੂੰ ਦੌੜ ਜਾਣਾ ਉਧਰ ਨੂੰ, ਇਹ ਸਾਡਾ ਖਰਾਬ ਹੀ ਨਾ ਹੋਵੇ। ਅੱਲਾ ਤੇਰੇ ਹੁਣੇ ਬਲ ਜੇ। ਮੈਂ ਕਹਿੰਦਾ ਮੇਰੀ ਗੱਲ ਸੁਣੋ, ਅੱਗੇ ਰੇੜੀ ਖੜੀ ਕੋ ਚੌਲਾਂ ਦਾ ਪਿਆਲਾ ਲਵਾਉਂਦੇ ਉੱਤੇ ਹਲੀਮ ਪਵਾ ਕੇ ਕਸਮ ਪਾ। ਸਵੇਰ ਫਜਰ ਤੱਕ ਆ ਜਾਣਗੇ ਮੇਰਾ ਖਾਲਾ। ਆ ਜੇ ਬਲ ਪਿਆ ਪੱਤੀ ਬਲਣੀ ਹੈ ਬਸ। ਇਹਨੂੰ ਅੱਗ ਲੱਗੀ ਕਾਲਾ ਪਿਆ ਫਜਰ ਤੱਕ, ਕਾਲਾ ਜਾਣਾ ਕਿਤੇ ਤੂੰ? ਜ਼ੋਰ ਪੜ ਕੇ ਬਰਗਰ ਖਾ ਕੇ ਨਿਕਲਾਂਗੇ ਹੁਣ। ਕੀ ਪੜ ਕੇ? ਜ਼ੋਰ ਪੜ ਕੇ ਫਜਰ ਟਾਈਮ ਵਾਲੇ ਹੁਣ ਤਾਂ ਆਰਡਰ ਦਿੱਤਾ ਤੂੰ ਯਾਰ। ਦੇਖੋ ਓਏ ਖਰਾਬ ਤੇ ਨਹੀਂ ਦੇਤਾ ਸਾਜੀ ਪਤਾ ਨੀ ਲੰਮਾ ਹੋ ਜਾਣਾ ਵਾ ਮੈਨੂੰ, ਇੰਨਾ ਲੰਮਾ ਆਰਡਰ ਤੇ ਨੀ ਨਾ ਹੁੰਦਾ ਵੀ ਉਨੀ ਦੇਰ ਆਪਾਂ ਨਾ ਕੋਈ ਜੁਗਤਾ ਛੁਗਤਾ ਮਾਰਦੇ। ਚਲੋ ਮਾਰ ਲਓ ਜੁਗਤਾ, ਅਸੀਂ ਬਰਗਰ ਖਾ ਕੇ ਫਿਰ ਅੱਗੇ ਜਾਵਾਂਗੇ। ਅੱਛਾ ਕਿਉਂਕਿ ਤੇਰਾ ਕਦੋਂ ਵੈਸੇ ਵਿਆਹ ਹੋਇਆ ਸੀ ਸੱਚੀ?
ਮੈਨੂੰ 11 ਸਾਲ ਹੋ ਗਏ ਸਾਜੀ ਸ਼ਾਦੀ ਮੇਰੀ 11 ਸਾਲ ਹੋ ਗਏ 11 ਸਾਲ ਹੋ ਤੇ ਬੁੱਢੀ ਨੂੰ ਕਿੰਨੇ ਸਾਲ ਹੋ ਗਏ ਉਹ ਬੁੱਢੀ ਨਾਲ ਹੀ ਆਈ ਆ ਮੈਨੂੰ 11 ਸਾਲ ਮੈਂ ਉਹਨੂੰ ਉੱਥੇ ਛੱਡ ਆਇਆ ਸੀ ਨਾਲ ਹੀ ਫਿਰ ਜਾਂਦੀ ਕਿੱਥੇ ਆ ਉਹ ਭਾਈ ਨਾਲ ਆਇਆ ਮੈਂ ਵਿਆਹ ਕੇ ਲਿਆਇਆ ਉਹਨੂੰ ਮੈਂ ਵਿਆਹ ਕੇ ਲਿਆਇਆ ਤੂੰ ਬਕਾਇਦਾ ਦੁੱਲਾ ਬਣਿਆ ਵਾ ਦੁੱਲਾ ਵੀ ਬਣਿਆ ਮੈਂ ਕਿਹਾ 3 ਪੀਸ ਪਾਇਆ ਓਹੋ ਦੁੱਲਾ ਬੜੇ ਸੀ ਤੇ ਸਿਰਾ ਠੋਕਿਆ ਵਾਹ ਬਹੁਤ ਸ਼ਰੀਫ ਆ ਮਾੜੀ ਮੋਟੀ ਗੱਲ ਤੋਂ ਬਸ ਠੁੱਡ ਮਾਰਦੀ ਆ ਐਡਾ ਨਹੀਂ ਕੋਈ ਕੋਈ ਨਹੀਂ ਐਸਾ ਠੁੱਡ ਮਾਰ ਦਿੰਦੀ ਆ ਮਾਰਦੀ ਆ ਕੂਣੀ ਠੁੱਡ ਚਾਂਡੋ ਦੇ ਵਾਸਤੇ ਕੋਈ ਰੋਲਾ ਆ ਠੁੱਡਾ ਠੁੱਡਾ ਵੀ ਮਾਰ ਦਿੰਦੀ ਠੁੱਡਾ ਕਰਾ ਦਿੰਦੀ ਆ ਨਹੀਂ ਨਹੀਂ ਅੱਛਾ ਮੈਨੂੰ ਸਿਰ ਦਾ ਦੱਸੋ ਵੀ ਸਿਰ ਤੇ ਭਾਬੀ ਨੇ ਗਰਮ ਇਸਤਰੀ ਰੱਖਤੀ ਸੀ ਉਹ ਪਾਈ ਹੈ ਜੈਨੇਟਿਕਲੀ ਮਸਲਾ ਸੀ ਸਾਡਾ ਹਾਂਜੀ ਕਿਹੜਾ ਜੈਨੇਟਿਕਲੀ ਜਿਹੜਾ ਜੈਨੇਟਿਕਲ ਦੀ ਸਪੈਲਿੰਗ ਕੀ ਹੈ ਨਾ ਕਿਹੜਾ ਜੈਨੇਟਿਕਲੀ ਜ਼ੈਡ ਨਾ ਹੁੰਦਾ ਜੈਨੇਟਿਕਲੀ ਦੀ ਸਪੈਲਿੰਗ ਸੁਣਾ ਟੀ ਬੇਗਮ ਤੇ ਦੋ ਮੇਰੇ ਤੇ ਖੂਬਸੂਰਤ ਆ ਮੇਰੇ ਤੇ ਜਿਹੜੇ ਆ ਯਾਰ ਹੁਣ ਉਹਨੇ ਆ ਦੇ ਦਿੱਤਾ ਸਾਡੇ ਹੱਥ ਚ ਮੇਰਾ ਵੀ ਚੱਕ ਲਾ ਮੈਨੂੰ 70 ਰੁਪਏ ਦੇ ਦੇ ਇਹ ਕੀ ਆ ਓਏ ਓਏ ਵਾਹ ਨਾਜ਼ਰੀਨ ਬਨ ਵਟਾਉਣਾ ਹੈ ਵਟਾਉਣਾ ਅੱਧਾ ਖਾ ਕੇ ਵਟਾ ਲੈਣਾ ਚਲੋ ਬਾਰਾ ਸੇ ਆਪਣਾ ਸ਼ਹਿਰ ਆਪਣਾ ਹੀ ਹੁੰਦਾ ਸਾਜੀ ਐਡਾ ਵੱਡਾ ਬਰਗਰ ਤੇ ਘਰ ਕਹਿ ਕੇ ਆਵੇ ਕਿ ਮੈਂ ਮਹੀਨਾ ਘਰ ਨਹੀਂ ਹੁਣ ਤੁਹਾਡਾ ਨੇ ਬਹੁਤਾ ਘੁੱਟ ਤਾਂ ਸਾਰਾ ਬਾਹਰ ਆ ਗਿਆ ਕੈਸਾ ਬਰਗਰ ਆ ਉਹ ਜੇ ਮਿਲ ਗਿਆ ਖਾ ਲਾ ਹੁਣ ਕਦੀ ਗੋਭੀ ਪਾਤੀ ਹੁਣ ਯਾਰ ਇਹ ਤੇ ਥੰਡਰ ਸੀ ਇਹ ਤੇ ਤੇਰਾ ਕੰਜਰਾ ਨਾਨ ਟਿੱਕੀ ਖਾਣ ਵਾਲਾ ਤੂੰ ਬੈਠਾ ਵਾ ਗੋਗਾ ਮਜ਼ੇ ਕਰ ਸਕਦਾ ਅਸੀਂ ਨਹੀਂ ਕਰ ਸਕਦੇ ਗੋਗਾ ਅੰਦਰੋਂ ਪਛਤਾ ਰਿਹਾ ਜੀ ਉਹਦੀ ਬਹਿਣੀ ਦੇਖੋ ਮਨ ਮੰਡੀ ਦੇ ਚੌਲ ਖਾਣ ਵਾਲਾ ਅੱਜ ਬਰਗਰ ਖਾਣ ਰਿਹਾ ਬਹਿਣੀ ਵੇਖੋ ਬੱਚਿਆਂ ਨੂੰ ਨਾਸ਼ਤੇ 'ਚ ਫੁੱਲੇ ਲਿਆ ਕੇ ਦੇਣ ਵਾਲਾ ਬਰਗਰ ਖਾਣ ਦੇ ਦੇਖੋ ਜੀ ਅਸੀਂ ਮੈਂ ਖਾਵਾਂ ਨਹੀਂ ਇਹਨੂੰ ਖਾਣਾ ਕਿੱਦਾਂ ਵਾ ਚੁੱਕਣਾ ਕਿੱਦਾਂ ਇਹਨੂੰ ਖਾ ਲਾ ਨਾ ਤੁਸੀਂ ਐਂ ਕਿੱਦਾਂ ਕਰਨਾ ਹੈ ਅਦੇ ਨਾ ਇਹਨੂੰ ਇੰਜ ਕਿੱਦਾਂ ਕਰਨਾ ਇੰਜ ਮੈਂ ਕਰਕੇ ਦੇਖ ਹੀ ਲੈਂਦਾ ਭਾਰ ਇਹਨੇ ਬਰਸ਼ ਹੀ ਨਾ ਪਾੜ ਦਵੇ ਤੇ ਰੁਕ ਸਾਜੀ ਇਹ ਮੂੰਹ ਵੱਲੋਂ ਖਾਣ ਵਾਲਾ ਨਹੀਂ ਜੇ ਇਹ ਅੱਲਾ ਨੂੰ ਖਾਣ ਵਾਲਾ ਭਾਰ ਬਾਕੀ ਮੇਰਾ ਤਾਂ ਖਾਣ ਵਾਲਾ ਸੀ ਤਾਂ ਭਾਰ ਗਰੀਬ ਫੈਮਿਲੀ ਤੋਂ ਬਿਲੋਂਗ ਕਰਦਾ ਇਹਨੂੰ ਕੀ ਪਤਾ ਅੱਛੀਆਂ ਚੀਜ਼ਾਂ ਕਿੱਦਾਂ ਖਾਈ ਦੀਆਂ ਸਹੀ ਗੱਲ ਆ ਤੂੰ ਸੁਬਾਹ ਨਾਸ਼ਤਾ ਹਮਦਾ ਸ਼ਬਾਜ ਨਾਲ ਕੀਤਾ ਵਾ ਹਨਾ ਮੈਂ ਗਰੀਬ ਫੈਮਿਲੀ ਦਾ ਉਹ ਹਮਦਾ ਮੇਰੇ ਫੁੱਫੀ ਦੇ ਮੁੰਡੇ ਦਾ ਨਾਮ ਆ ਉਹ ਬੋਲਾ ਵਾ ਜਿਹੜਾ ਤੁਹਾਡਾ ਹਮਜ਼ਾ ਵਾ ਇਹ ਫਾਈਨਲ ਬਿੱਲ ਦੀ ਆਖਰੀ ਤਰੀਕ ਕਦੋਂ ਹੋਊਗੀ ਕਿਹੜੇ ਦੀ ਖੜਾ ਹੋਣਾ ਉਹ ਯਾਰ ਤੂੰ ਬਹਿ ਤੇ ਬੰਦੇ ਦੇ ਪੁੱਤਰਾਂ ਵਾਂਗੂ ਮੈਨੂੰ ਤਾਂ ਲੱਗਦਾ ਤੂੰ ਆਪਣਾ ਹੀ ਕੁਝ ਕਰ ਕਰ ਖਾਈ ਜਾਂਦੇ ਆ ਓਏ ਆਹੋ ਫਿੱਟੇ ਮੂੰਹ ਤੂੰ ਬੈਠਾ ਕਿੱਦਾਂ ਤੂੰ ਕਬਰਸਤਾਨ ਚ ਨਾ ਮੌਲਵੀ ਸਾਹਿਬ ਕਹਿੰਦੇ ਹੁਣ ਅਸੀਂ 72 ਕਦਮਾਂ ਤੇ ਦੁਆ ਮੰਗਾਂਗੇ ਤੇ ਆਪ 70 ਕਦਮਾਂ ਤੇ ਮੰਗਣ ਲੱਗ ਗਿਆ ਉਹਨਾਂ ਨੇ ਕਿਹਾ ਇਹ ਕੀ ਕਹਿੰਦਾ ਮੈਂ ਸਪਿਨਰ ਇਹਦਾ ਬੜਾ ਕੋਲੇ ਵੇਚਦਾ ਸੀ ਇੱਕ ਦਿਨ ਇਹ ਗਿਆ ਦੁਕਾਨ ਤੇ ਗਾਹ ਕੋਲੇ ਲੈਣ ਆਇਆ ਉਹਨੇ ਇਹਨੂੰ ਤੋਲਤਾ ਅੱਛਾ ਦਾਦਾ ਮਰ ਗਿਆ ਤੇ ਛੋਟਾ ਜਿਹਾ ਟੋਇਆ ਕੱਢ ਕੇ ਬੈਠੇ ਮੈਂ ਕਿਹਾ ਉਹ ਦਾਦਾ ਦਫਨਾਉਣਾ ਕਿੱਦਾਂ ਕਹਿੰਦਾ ਕੀਮਾ ਕਰਕੇ ਸਾਜੀ ਪਾਨ ਖਾ ਰਿਹਾ ਤੇ ਥੁੱਕ ਨਾ ਆਵੇ ਤੇ ਦੁਕਾਨ ਵਾਲੇ ਨੂੰ ਕਹਿੰਦਾ ਇਹ 'ਚ ਥੁੱਕ ਪਾ ਦੇ ਮਾੜਾ ਜਿਹਾ ਉੱਥੇ ਯਾਦ ਰਿਹਾ ਇੱਕ ਮਿੰਟ ਉੱਥੋਂ ਹੋ ਗਿਆ ਜਾ ਬਸ ਉਹ ਕਿ ਦੁਬਾਰਾ ਯਾਰ ਨਾਦਰੀਨ ਨਾ ਮਿੱਠਾ ਨਾ ਇਹ ਮੁਹੱਲੇ 'ਚ ਨਾ ਸਮੋਸੀਆਂ ਵੇਚਦਾ ਛੋਟੀਆਂ ਸਮੋਸੀਆਂ ਨਹੀਂ ਹੁੰਦੀਆਂ ਪਕੌੜੀਆਂ ਸਮੋਸੀਆਂ ਬਿਲਕੁਲ ਛੋਟੀਆਂ ਛੋਟੀਆਂ ਸਮੋਸੀਆਂ ਕੈਚਅਪ ਉਹ ਵੇਚਦਾ ਆ ਜਾ ਅੱਲਾ ਦੀ ਕਸਮ ਸਹੀ ਗੱਲ ਦੱਸਦਾ ਇਹ ਹੁੰਦਾ ਮਿਆਰ ਇਹ ਕਈ ਕੰਜਰ ਇੱਥੇ ਸਮੋਸੀਆਂ ਸਮੋਸੀਆਂ ਲਾ ਕੇ ਖਲੋਤੇ ਹੁੰਦੇ ਫੈਸਲਾਬਾਦ ਵੀ ਇੱਥੇ ਵੀ ਤੇ ਕੁਛ ਨਾਲ ਬੈਠੇ ਹੁੰਦੇ ਆ
ਕਈ ਬਗੈਰਤ ਹੁੰਦੇ ਨਹੀਂ ਬੰਦੇ, ਇਹ ਵੀ ਤਾਂ ਕਹਿ ਸਕਦੇ ਕਈ ਕੰਜਰ ਵਿਹਲੇ ਫਿਰਨ ਦੇ, ਉਹਨਾਂ ਔਲਾਦ ਦੀ ਟੈਨਸ਼ਨ, ਨਾ ਘਰ ਦੀ ਟੈਨਸ਼ਨ, ਨਾ ਬਾਹਰ ਦੀ ਟੈਨਸ਼ਨ। ਨਹੀਂ ਨਹੀਂ ਮਿੱਠੇ ਤੂੰ ਦੇਖ, ਤੂੰ ਦੇਖਿਆ ਅਕਸਰ ਬਗੈਰਤ ਜੇ ਲੋਕ ਸਮੋਸੀਆਂ ਵੇਚ ਦਿੰਦੇ, ਦੇਖਿਆ ਉਹ ਮਤਲਬ ਉਹਨਾਂ ਨੂੰ ਚਾਹੀਦਾ ਮਿਆਰ ਦਾ ਬਰਕਰਾਰ ਰੱਖਣ, ਇਹਦੇ ਹੁਣ ਮਿਆਰ ਆ ਠੀਕ ਆ। ਉਹ ਐਸੇ ਕੋਈ ਚਵਲ ਆਦਮੀ ਆ ਉੱਥੇ ਫੈਸਲਾਬਾਦ 'ਚ ਹੈ ਨੇ ਕੋਈ, ਇੱਕ ਹੈ ਜੀ ਸਮੋਸੀਆਂ ਵੇਚਦਾ ਐਡਾ ਚਵਲ ਆ, ਉਹਨੂੰ ਜਦੋਂ ਫੋਨ ਆਉਂਦਾ ਤੇ ਮੁੰਡੇ ਨੂੰ ਇਹੀ ਗੱਲ ਕਹੀ ਜਾਂਦਾ, ਉਹ ਦੋ ਡੱਬੇ ਹੋਰ ਪਾਣੀ ਦੇ ਪਾ ਦੇ ਰਹਿਤੇ 'ਚ। ਅੱਛਾ ਕਈ ਐਸੇ ਵੀ ਆ ਜਿਹੜੇ ਫੈਸਲਾਬਾਦ ਉਹਨੂੰ ਕੋਈ ਖਾਸ ਤੇ ਐਡਾ ਹੁਣ ਹਰਾਮ ਵੀ ਕਰਦੇ ਆ। ਸਭ ਤੋਂ ਮਜ਼ੇਦਾਰ ਗੱਲ ਪਤਾ ਕੀ ਆ, ਹਾਂਜੀ ਹਰ ਚੀਜ਼ ਫਰੈਸ਼ ਆ। ਅੱਛਾ ਜੀ, ਨਹੀਂ ਵੈਸੇ ਪਾਣੀ ਲੱਗਦਾ ਤਾਂ ਮੈਨੂੰ ਫਰੈਸ਼ ਹੀ ਆ, ਕੋਈ ਸਮੈਲ ਨਹੀਂ ਜਿੱਦਾਂ ਅਕਸਰ ਲੋਕਾਂ ਦੀਆਂ ਚੋ ਨਹੀਂ ਹੁੰਦੀ ਸਮੋਸੀਆਂ ਚੋਂ, ਨਾ ਬੜੇ ਬਗੈਰਤ ਆਦਮੀ ਆ ਜਿਹੜੇ ਗਲਤ ਸਮੋਸੀਆਂ ਵੇਚਦੇ, ਜਦੋਂ ਖਾਂਦੇ ਸੀ ਉਦੋਂ ਨਹੀਂ ਬੰਨਿਆ ਤੂੰ, ਬਿਲਕੁਲ ਫਰੈਸ਼ ਹਰ ਚੀਜ਼, ਓਕੇ ਦਾ ਨਿਜ਼ਾਮ, ਟੇਸਟ ਬਹੁਤ ਅੱਛਾ, ਵੈਲ ਡਨ। ਨਾਦਰੀ ਤੁਸੀਂ ਜਦੋਂ ਗੁਜਰਾ ਲਿਆਓ ਤਾਂ ਜਿਹੜੇ ਗੁਜਰਾ ਵਾਲੇ ਲੋਕ ਆ ਮੇਰੇ ਕਹਿੰਦੇ ਇੱਕ ਵਾਰੀ ਤੁਸੀਂ ਜ਼ਰੂਰ ਖਾਣਾ ਵਜ਼ੀਰਾਬਾਦ। ਡਾਕਟਰ ਸੂਜੀ, ਸੂਜੀ ਸੋਸੀ, ਬੈਠੋ ਬਰਗਰ ਸੀ ਇਹ ਕਿੱਦਾਂ ਖਾਣਾ ਸੀ ਅਸੀਂ? ਨਹੀਂ ਨੋ ਡਾਊਟ ਮਜ਼ੇਦਾਰ ਬਹੁਤ ਸੀ, ਲੇਕਿਨ ਸਾਈਜ਼ ਦੀ ਗੱਲ ਕਰ ਰਹੇ, ਫੜ ਕੇ ਇੱਦਾਂ ਕਿੱਦਾਂ ਖਾਣਾ ਸੀ? ਬਦਤਮੀਜ਼ੀ ਨਾਲ ਖਾਣ ਵਾਲਾ ਵਾ, ਮੈਂ ਤਾਂ ਇਹਨੂੰ ਤੁਸੀਂ ਅੱਜ ਤੋਂ ਪਹਿਲੇ ਕਦੀ ਦੇਖਿਆ ਸੀ? ਮਿੱਠੇ ਤੂੰ ਚਲਾ ਦੇਣੀ ਆ ਤੇ ਕੱਪੜੇ ਖਰਾਬ ਕਰ ਦੇਣੇ ਸਾਰਿਆਂ ਦੇ। ਹਾਂ ਸ਼ੂਗਰ ਕਿੰਨੀ ਆ? ਪਤਾ ਨਹੀਂ ਅੱਲਾ ਦੀ ਲੱਖ ਲੱਖ ਸ਼ੂਗਰ ਆ। ਦੇਖੀ ਯਾਰ ਮੈਨੂੰ ਕੋਈ ਹੈਪਾਟਾਈਟਿਸ ਵਾਲਾ ਮਸਲਾ ਤਾਂ ਨਹੀਂ, ਦੱਸੀ ਤੇਰਾ ਹੈ ਕੋਈ ਹੈ ਰੌਲਾ? ਸ਼ੂਗਰ ਘੱਟ ਆ? ਸ਼ੂਗਰ ਘੱਟ ਆ, ਮੈਂ ਆਪਣੇ ਵੱਡਿਆਂ ਨੂੰ ਪੁੱਛਦਾ। ਅੱਛਾ ਸਰ ਇਹ ਕਿੰਨੇ ਦੇ ਨੇ ਚਾਰੇ ਬਰਗਰ? ਮਤਲਬ ਭੁੱਖ ਲੱਗੀ ਹੋਵੇ ਉਹ ਘਾਟੇ ਚ ਚੁੱਕ ਲੈਣ। ਨਹੀਂ ਬੇਟਾ ਏਡਾ ਤੇ ਨਹੀਂ ਹੈਗਾ ਵੀ ਮਤਲਬ ਤੂੰ ਇਹ ਸਾਰਾ ਸਾਡੇ ਤੇ ਤਾਂ ਗੁੱਸਾ ਨਹੀਂ ਨਿਕਲਦਾ, ਤੁਸੀਂ ਅੱਗੋਂ ਕੁਛ ਕਹਿ ਨਹੀਂ ਨਾ ਰਹੇ, ਇਸ ਤੋਂ ਸ਼ੋਗਾ ਹੋ ਗਿਆ। ਬੇਟਾ ਗੁਜਰਾਂ ਵਾਲੇ ਦੇ ਨੇ ਚਪੇੜ ਬਹੁਤ ਭੈੜੀ ਮਾਰਦੇ ਨੇ ਗੁਜਰਾਂ ਵਾਲੇ ਨੇ, ਇਹ ਕੈਮਰਾਮੈਨ ਦਾ ਵਾ। ਪੈਸੇ ਦੇ ਦਿੱਤੇ ਨੇ? ਨਹੀਂ ਸਰ ਤੁਹਾਡੇ ਹੁੰਦੇ ਪੈਸੇ, ਅਸੀਂ ਦੇਈਏ ਦੁਰ ਫਿੱਟ ਮੂੰਹ ਸਾਡਾ ਫਿਰ ਪਾਇਣਾ। ਇਹ ਜਿਹੜਾ ਲੱਠਾ ਨਾ ਇਹ ਉਹ ਲੋਕ ਪਾਉਂਦੇ ਨੇ ਜਿਹਨਾਂ ਦੀ ਜੇਬ 'ਚ 25-30 ਹਜ਼ਾਰ ਰੁਪਇਆ 24 ਘੰਟੇ ਹੁੰਦਾ ਹੈ। ਇਹ ਹਮੇਸ਼ਾ ਇਹ ਦੇਖੋ ਆ ਕੰਮੀ ਕਮੀਨ ਟੈਪ, ਨਹੀਂ ਨਹੀਂ ਇੱਦਾਂ ਦੇ ਹੁੰਦੇ ਨੇ। ਮੈਨੂੰ ਤਾਂ ਲੱਗਦਾ ਇਹਨਾਂ ਨੇ ਵੱਖੀ ਵਾਲੀ ਜੇਬ 'ਚ ਵੀ ਲੱਠਾ ਹੀ ਪਾਇਆ, ਪੈਸੇ ਪੂਸੇ ਕੋਈ ਨਹੀਂ ਹੈ, ਪੈਸੇ ਹੈਗੇ ਇੱਦਾਂ ਦੇ ਬੰਦੇ ਕੋਲ ਪੈਸੇ ਬੜੇ ਹੁੰਦੇ ਨੇ। ਪਰ ਰਵਾ ਤੂੰ ਤਾਂ ਗੱਲ ਛੋਟੀ ਛੋਟੀ ਕਰਕੇ ਤਾਂ ਸਾਹ ਨਾ ਮੁੱਕ ਜਾਣਾ। ਭੁਲੇਖੇ ਜੀ ਸਾਡਾ ਬਿੱਲ ਦੇ ਜੋ। ਆਹੋ ਇਸੇ ਖੇਚੀ ਬਿੱਲ ਦੇ ਜਾ, ਪਿੱਛੇ ਫੋਨ ਕਰਦੇ ਮੈਂ ਅੱਜ ਫਸ ਗਿਆ। ਮੈਂ ਤਾਂ ਅੱਗੇ ਪਤਾ ਕਰਨ ਆਇਆ ਆਧਾਰ ਵੀ ਦੇ ਦਿੰਦੇ ਨੇ ਕਿ ਨਹੀਂ। ਮੈਂ ਸਭ ਤੋਂ ਮੋਤਬਰ ਸਮਝ ਕੇ ਆਵਾਜ਼ ਮਾਰੀ ਇਹਨੂੰ, ਤੁਹਾਨੂੰ ਪਤਾ ਨੀ ਇਹਦਾ ਕੰਮ ਹੀ ਇਹ ਆ ਇੱਥੇ ਵਜ਼ੀਰਾਬਾਦ। ਇਹਨੇ ਨਵਾਂ ਸੂਟ ਸਿਰਫ ਇਸ ਤੋਂ ਸਵਾਇਆ
ਕਿਹੜਾ ਗੇੜਾ ਦੇ ਕੇ ਲੋਕਾਂ ਕੋ ਖਾ ਪੀ ਜਾ ਕੇ ਘਰ ਜਾ ਕੇ ਇਹਨੇ ਟੰਗ ਦੇਣਾ ਫਿਰ ਜਦੋਂ ਇਹਨੂੰ ਭੁੱਖ ਲੱਗਣੀ ਇਹਨੇ ਆਪ ਆ ਕੇ ਨਿਕਲ ਆਉਣਾ ਜਦੋਂ ਇਹਨੇ ਇਹ ਸੂਟ ਪਾਉਣਾ ਹੋਵੇ ਤੇ ਘਰਦਿਆਂ ਨੂੰ ਪਤਾ ਕੀ ਕਹਿੰਦੇ ਅੰਮੀ ਭੁੱਖਾਲਾ ਸੂਟ ਫੜਾਈ ਬਰਗਰ ਪੂਰਾ ਠੀਕ ਆ ਜੀ ਤੁਸੀਂ ਇੱਕ ਸਵਾਲ ਦਾ ਜਵਾਬ ਦੇ ਦਿਓ ਤੁਹਾਨੂੰ ਮੈਂ ਬਰਗਰ ਦੇ ਦਾਂਗਾ ਸਵਾਲ ਆਸਾਨ ਹੋਣਾ ਚਾਹੀਦਾ ਆਸਾਨ ਹੋਏਗਾ ਸਵਾਲ ਅਗਰ ਤੁਸੀਂ ਨਾ ਦਿੱਤਾ ਤੇ ਤੁਸੀਂ ਪੈਸੇ ਦੇਣੇ ਆ ਜਿਹੜੇ ਕਦੇ ਦਿੱਤੇ ਨਹੀਂ ਇਹ ਤਾਂ ਤੁਸੀਂ ਦੇਸੂ ਹੀ ਬੰਦਾ ਆਧਾਰ ਕਰਦੇ ਨੇ ਜਾਂ ਤੁਸੀਂ ਪੈਸਿਆਂ ਦੀ ਜਗ੍ਹਾ ਕੁਛ ਹੋਰ ਦੇਣਾ ਉਹਨਾਂ ਨੂੰ ਉਹ ਤੁਹਾਡੀ ਸਿਰ ਪੀਣ ਘੜੀ ਰਹਾ ਜੋ ਤੁਸੀਂ ਸਵਾਲ ਸੌਖਾ ਨਾ ਹੋਇਆ ਤਾਂ ਪੈਸੇ ਇਹਨਾਂ ਨੂੰ ਦੇਣੇ ਪੈਣੇ ਨੇ ਸਾਜੀ ਸਵਾਲ ਕਰੋ ਲੀਡਰ ਨਾਲ ਸਵਾਲ ਕਰਦੇ ਕਿੰਨਾ ਕੁ ਸੌਖਾ ਸਵਾਲ ਚਾਹੀਦਾ ਲੈ ਰਹਿ ਹੋਰ ਕੀ ਉਹ ਤਾਰਕ ਜੀ ਦੇ ਸ਼ੋਅ ਚ ਆਇਆ ਆਸਾਨ ਸੋਲ ਹਾਂ ਪੰਜਵੀਂ ਚੋਂ ਚਾਰ ਸਟੈਪ ਲਈ ਹੁੰਦੀਆਂ ਆਸਾਨ ਸਵਾਲ ਕਿਹਨੇ ਦੱਸ ਦਿੱਤਾ ਤੈਨੂੰ ਪਤਾ ਤੇਰਾ ਅੱਛਾ ਆਵਾਜ਼ ਫੁੱਟੀਆਂ ਵਾਲੀ ਆ ਅੱਛਾ ਜੀ ਤੇ ਕਸੋਨ ਦੇ ਸਾਂਡੂ ਵਾਲੇ ਆ ਨਹੀਂ ਉਹਨੇ ਭਾਈ ਆ ਸਾਡਾ ਭੈਣ ਇਹ ਅਗਰ ਤੁਸੀਂ ਜਵਾਲ ਦਾ ਜਵਾਬ ਦਿੱਤਾ ਹੈ ਤੁਹਾਡਾ ਅਗਰ ਤੁਸੀਂ ਨਾ ਜਵਾਬ ਦਿੱਤਾ ਫੜਾਉਣਾ ਹੈ ਵੀ ਇਹ ਕਿ ਭੈਣ ਹੈ ਬਰਗਰ ਉਹ ਪੰਜਰੀ ਭਾਈ ਆ ਸਰ ਬਰਗਰ ਫੜਾ ਦੇ ਸਵਾਲ ਨਹੀਂ ਐਵੇਂ ਹੀ ਦਿੰਨੇ ਆ ਤੇਰੇ ਵਰਗੇ ਬੰਦੇ ਦੀ ਦੌੜ ਵੀ ਬਹੁਤ ਹੁੰਦੀ ਹੈ ਬਰਗਰ ਕਰਕੇ ਨਿਕਲ ਜਾਣਾ ਤੂੰ ਅਗਰ ਜਵਾਬ ਦਿੱਤਾ ਤੁਹਾਡਾ ਅਗਰ ਨਾ ਦਿੱਤਾ ਤੁਸੀਂ ਸਿਰਫ ਇਹਦੇ ਪੈਸੇ ਦੇਣੇ ਨੇ ਜਾਓ ਸਿਰਫ ਇੱਕ ਦੇ ਭੈਣ ਕਿਹੜੀ ਜਗ੍ਹਾ ਦੁਨੀਆ ਦੀ ਹੋਰ ਕੋਈ ਨਾ ਦੱਸਿਆ ਯਾਰ ਵਜ਼ੀਰਾਬਾਦ ਜਿੱਥੇ ਸ਼ੋਦਾ ਰਹਿੰਦਾ ਵਾ ਕਹਿੰਦਾ ਜਿੱਥੇ ਸ਼ੋਦਾ ਰਹਿੰਦਾ ਭਾਜੀ ਉਹ ਦੁਨੀਆ ਦੀ ਕਿਹੜੀ ਜਗ੍ਹਾ ਵਾ ਜਿੱਥੇ ਅੱਜ ਤੋਂ ਮਤਲਬ ਕਾਫੀ ਦੇਰ ਪਹਿਲੇ ਧੁੱਪ ਪੈਂਦੀ ਸੀ ਉਸ ਜਗ੍ਹਾ 'ਤੇ ਇੱਕ ਵਾਕਿਆ ਐਸਾ ਹੋਇਆ ਮਕਾਮ ਸੀ ਇੱਕ ਮਤਲਬ ਬਹੁਤ ਵੱਡਾ ਵਾਕਿਆ ਹੋਇਆ ਉਸ ਜਗ੍ਹਾ ਦੇ ਉੱਪਰ ਉਸ ਤੋਂ ਬਾਅਦ ਸੂਰਜ ਦੀ ਧੁੱਪ ਨਹੀਂ ਪਈ ਸੂਰਜ ਨੇ ਆਪਣੀ ਰੋਸ਼ਨੀ ਨਹੀਂ ਉਸ ਜਗ੍ਹਾ 'ਤੇ ਪਾਈ ਉਹ ਕਿਹੜੀ ਜਗ੍ਹਾ ਵਾ ਇਹ ਬਿਲਡਿੰਗ ਪਹਿਲਾਂ ਹਾਤਾ ਸੀ ਇਹਦੇ ਛੱਤ ਕੇ ਦੇ ਉੱਤੇ ਹੁਣ ਥੱਲੇ ਧੁੱਪ ਨਹੀਂ ਆਉਂਦੀ ਨਹੀਂ ਭੈਣ ਨਹੀਂ ਭੈਣ ਹੁਣ ਤੂੰ ਆਪੇ ਜਵਾਬ ਦੇ ਕੇ ਆਪੇ ਨਿਕਲ ਜਾਵੇ ਮਤਲਬ ਮੈਂ ਤੈਨੂੰ ਕਹਾਂ ਦੋ ਤੇ ਦੋ ਕਿੰਨੇ ਹੁੰਦੇ ਤੂੰ ਕਹੇ ਪੰਜ ਤੇ ਲੈ ਕੇ ਨਿਕਲ ਜਾਏਗਾ ਨਹੀਂ ਨਹੀਂ ਚੱਲ ਅੱਛਾ ਅੱਛਾ ਸਿਰਫ ਇਹਦੇ ਤੇ ਦੀ ਨਜ਼ਰ ਆ ਇਹਨੇ ਐਂਡ ਤੇ ਕਹਿਣਾ ਚਲੋ ਠੀਕ ਆ ਨਹੀਂ ਨਾ ਨਵਾਂ ਦੇਣਾ ਤੇ ਆਹ ਤੇ ਦਿਓ ਆਹੋ ਭੈਣ ਪੂਰਾ ਵਿੱਚੋਂ ਚਿਕਨ ਵੀ ਹੈ ਕਿ ਨਹੀਂ ਵੇਖਦਾ ਹੀ ਰਹਿੰਦਾ ਤੇਰਾ ਪਤਾ ਵਾ ਨਹੀਂ ਹੁਣ ਕਿੰਨਾ ਕੁ ਤੂੰ ਯਕੀਨ ਦੇਣਾ ਅੰਦਰੋਂ ਜਾਨ ਦੇਣ ਲੱਗ ਪਵੇ ਬਸ ਕਰਦੇ ਯਾਰ ਮਤਲਬ ਤੂੰ ਤੈਨੂੰ ਕਿੱਦਾਂ ਯਕੀਨ ਆ ਗਿਆ ਤੇ ਥੱਲੇ ਉਹਦੀਆਂ ਲੱਤਾਂ ਵੀ ਲੱਗੀਆਂ ਹੁੰਦੇ ਚਿਕਨ ਦੀਆਂ ਮਤਲਬ ਅੰਦਰ ਖਲੋਤਾ ਵੇ ਉਹ ਹੈਗਾ ਚਿਕਨ ਆ ਦੇ ਆ ਚਿਕਨ ਆ ਸਾਰਾ ਕੱਟ ਕੇ ਵਾਹ ਬਸ ਇੰਨਾ ਕੋਈ ਹੈ ਚਿਕਨ ਹੈ ਚਖਾ ਨਾ ਜ਼ਰਾ ਯਾਰ ਕਿੱਦਾਂ ਭੁੱਖਾ ਯਾਰ ਕਸਮ ਹੈ ਯਾਰ ਯਾਰ ਇਹਦੀ ਪਰਸਨੈਲਿਟੀ ਦੇ ਸ਼ੂਟਿੰਗ ਦੇਖੋ ਮੋਬਾਈਲ ਦਾ ਹੀ ਕਿਹੜਾ ਰੱਖਿਆ ਨੋਟ 8 ਮੋਬਾਈਲ ਰੱਖਿਆ ਤੇ ਨੋਟ 1 ਜੇਬ 'ਚ ਨਹੀਂ ਰੱਖਿਆ ਜਿੱਦਾਂ ਦੀ ਇਹਦੀ ਪੋਜੀਸ਼ਨ ਆ ਨਾ ਇਦਾਂ ਦੇ ਬੰਦੇ ਨਾ ਮਲੀਮੇ ਤੋਂ ਬਾਅਦ ਟੈਂਟਾਂ 'ਚ ਜਾਂਦੇ ਹੁੰਦੇ ਆ ਇਟਸ ਨਾਟ ਫੇਅਰ ਯਾਰ ਇਹ ਕੀ ਹੋਇਆ ਇਸ ਬੋਟੀ ਨੂੰ ਕੁਛ ਵੀ ਨਹੀਂ ਜੁੱਤੀ ਚੁੱਕਣੀ ਬੜੀ ਇਹਨਾਂ ਤੇ ਰੱਖ ਲੈਗਾ ਤੈਨੂੰ ਧੋਣੇ ਪੈਣਗੇ ਗੱਲ ਦੋਵਾਂ ਪਾਸੇ ਮਾੜੀ ਹੈ ਤੇਰੀ ਸ਼ਾਦੀ ਹੋਈ ਆ ਲਵ ਮੈਰਿਜ ਨਹੀਂ ਨਾ ਹੋਈ ਤੇ ਉਹਦੀ ਲਵ ਮੈਰਿਜ ਹੋਈ ਵੇਖ ਲਾ ਉਹ ਨਜ਼ਰ ਵੀ ਧਿਆਨ ਦੇਈ ਹੈ ਆ ਤਾਂ ਫੁੱਪੀ ਦਾ ਤਰੀਤਾ ਗੱਪਾ ਪਾ ਕੇ ਉਹਦਾ ਬੇੜਾ ਗਰ ਕਰਦਾ ਵਾ ਉਹ ਤਾਂ ਬਹੁਤ ਸੋਹਣਾ ਸੀਗਾ ਰੈਸਲਰ ਸੀਗਾ ਹਾਂ ਅਮਰੀਕਾ ਦਾ ਹਾਂ ਬਸ ਇੱਕ ਭਾਣੇ ਥਲੋਂ ਹੀ ਨਹੀਂ ਕੱਢਿਆ ਲਓ ਜੀ ਭੈਣ ਇਹ ਬਰਗਰ ਜਨਾਬ ਤੁਸੀਂ ਸਾਡੇ ਸ਼ੋਅ 'ਚ ਪਾਰਟਿਸਪੇਟ ਕੀਤਾ ਮਾਸ਼ਾਅੱਲਾ ਦੇਖ ਲਿਆ ਹੁਣ ਜਾਓ ਘਰ ਅੱਲਾ ਪਾਕ ਤੁਹਾਨੂੰ ਖੁਸ਼ ਰੱਖੇ ਇਹ ਦੇਖੋ ਇਹਦੀ ਸੈਲਫੀ ਲੈ ਲੈ ਤੇ ਚੱਲ ਜਾ ਘਰ ਹਾਂ ਤੇ ਸਰ ਇਹ ਅਸੀਂ ਹੁਣ ਗੱਡੀ 'ਚ ਨਾਲ ਰੱਖ ਕੇ ਲੈ ਕੇ ਜਾਵਾਂਗੇ ਇਹ ਭੈਣ ਇਹ ਤੁਹਾਡਾ ਬਰਗਰ ਸਰ
ਸਾਹਮਣੇ ਖਾਓਗੇ ਜਾਂ ਤੁਸੀਂ ਲੈ ਕੇ ਜਾਓਗੇ? ਨਹੀਂ ਮੈਂ ਗੱਡੀ ਚ ਹੀ ਰੱਖਾਂਗਾ। ਹੋਰ ਵੀ ਕਾਫੀ ਕੁਝ ਰੱਖਿਆ ਹੁੰਦਾ ਇਹੋ ਜਿਹੇ ਬੰਦੇ ਨੇ, ਘਰ ਵੀ ਕਹਿ ਕੇ ਆਇਆ ਬੱਚਿਆਂ ਨੂੰ ਖਾਣਾ, ਘਰ ਜਾ ਕੇ ਤਾਂ ਫਰੇਮ ਕਰਾਉਣਾ ਵਾ, ਅਗਲੇ ਸਾਲ ਖਾਣਗੇ। ਨਹੀਂ ਨਹੀਂ ਉਹ ਨਹੀਂ, ਉਹਨੇ ਰੋਜ਼ ਤਾਜ਼ਾ ਮੰਗ ਕੇ ਤਾਜ਼ਾ ਖਾਣਾ। ਮਾਸ਼ਾਅੱਲਾ ਫੇਰ ਤਾਂ ਠੀਕ ਹੈ। ਅੱਛਾ ਅੱਛਾ, ਇਹਨੇ ਮੰਗ ਕੇ ਲਿਜਾਣਾ ਤੇ ਸਾਰੇ ਘਰ ਦੇਣੇ ਅੱਬੂ ਆ ਗਏ ਕੰਮ ਤੋਂ ਤੇ ਸਭ ਤੋਂ ਪਹਿਲੇ ਘਰ ਦੇ ਕਹਿਣਾ ਅੱਬੂ ਇਹ ਸੂਟ ਉਤਾਰ ਦੇ, ਦਾਗ ਲੱਗਿਆ ਨਾ ਤਾਂ ਫਿਰ ਪਕੜੇ ਜਾਏਗੇ ਹਮ, ਕੱਲ ਮੰਦਾ ਪੜ ਜਾਏਗਾ। ਹਾਂ ਇਹ ਬਿਜ਼ਨਸਮੈਨ ਵੀ ਹੁੰਨਾ, ਹਜ਼ਾਰ ਹਜ਼ਾਰ ਦੇ ਨੋਟ ਘਰ ਲੈ ਕੇ ਜਾਂਦੇ ਆਂਦੇ ਨੇ ਯਾਰ ਮੰਗ ਕੇ ਹੀ ਲਿਆਇਆ, ਮਾਂ ਕੇ ਨਹੀਂ ਲਿਆਇਆ। ਹਾਂ ਸਹੀ ਗੱਲ ਤੇ ਸਹੀ। ਅੱਛਾ ਭਾਈ ਭਾਈ ਨੇ ਹਮ ਸਾਥ ਲੈ ਕੇ ਜਾਏਗੇ, ਬੋਤਲ ਵੀ ਚਾਹੀਦੀ ਹੈ ਉਹ ਜਿਹੜੀ ਜਿਹਦੇ ਗੈਸ ਚੌਕੀ। ਹਾਂ ਆ ਦੇਖਾ ਪੈਕ, ਉਹ ਯਾਰ ਖੁਦਾ ਦੀ ਕਸਮ ਕਿਹੜਾ ਬੰਦਾ ਯਾਰ ਤੂੰ, ਇਹਨੂੰ ਹਿਲਾ ਕੇ ਦਿਖਾਓ। ਹੈਂ ਓਏ ਤੂੰ ਸਫੇਦ ਪੋਸ਼ ਤੇ ਸੁਣਿਆ ਸੀ ਮੈਂ ਵਿਕਾਸ ਆਈ ਡੀ ਕਾਰਡ ਦਿਖਾ, ਹੋ ਸਕਦਾ ਉਹ ਹੋਰ ਹੋਰ ਕੋਈ ਵਿਕਾਸ ਹੋਵੇ। ਅੱਛਾ ਗੱਡੀ ਨੂੰ ਨੰਬਰ ਵੀ ਨਹੀਂ ਲੱਗਾ ਤੇ ਸੂਟ ਵੀ ਸਹੀ ਪਾਇਆ ਤੇ ਕਿੱਦਾਂ ਮੰਗ ਮੰਗ ਕੇ ਚੀਜ਼ਾਂ ਖਾ? ਅੱਜ ਕੱਲ੍ਹ ਦੇ ਫਕੀਰਾਂ ਦਾ ਤਰੀਕਾ ਚੈੱਕ ਕਰ, ਸਾਰੇ ਪੈਸੇ ਲੈਣੇ ਮਹਾਵਾਂ ਜਗ੍ਹਾ ਜਗ੍ਹਾ ਤੇ ਸੌਖੇ ਘਰ ਦਾ ਮੰਗਤਾ ਲੱਗਦਾ ਮੈਨੂੰ। ਠਹਿਰ ਜਾ ਜਰਾ, ਆ ਜਿੰਸ ਔਰਤ ਲਿਖੀ ਹੈ ਜਿੰਸ ਮਰਦ, ਵਾਲਦ ਕਾ ਨਾਮ ਬਾਬਰ ਖਾਨ, ਸ਼ਨਾਖਤੀ ਕਲਾਮ ਦਾਏ ਹੱਥ ਪੇ ਨਿਸ਼ਾਨ ਜ਼ਖਮ, ਦਾਏ ਹੱਥ ਪੇ ਜ਼ਖਮ ਕਾ ਨਿਸ਼ਾਨ, ਕਿਤੇ ਮੰਗਦੇ ਆ ਚਮਚਾ ਖਾਦਾ ਰੇੜੀ ਵਾਲੇ ਕੋਲ। ਓ ਯਾਰ ਵਿਕਾਸ, ਅੱਛਾ ਇਹਨੇ ਆਪ ਸ਼ੁਰੂ ਕੀਤਾ ਕੰਮ, ਇਹਨੇ ਆਪ ਕੰਮ ਸ਼ੁਰੂ ਕੀਤਾ। ਆ ਫੜ ਭਾਈ, ਭਾਜਣ ਸਰ ਬਹੁਤ ਸ਼ੁਕਰੀਆ, ਅਸੀਂ ਤੁਹਾਡਾ ਮਜ਼ਾਕ ਨਾਦਰੀ ਨਾ, ਅਸੀਂ ਇਹਨਾਂ ਕੋਲ ਪਹਿਲੇ ਇਜਾਜ਼ਤ ਲਈਏ, ਵਾਕਈ ਬੜੇ ਰੀਜਨੇਬਲ ਆਦਮੀ, ਗੱਡੀ ਇਹਨਾਂ ਦੀ ਖੜੀ ਪਲਾਈਟ ਫਾਰ ਸਾਡੇ ਨਾਲ, ਸਿਰਫ ਇੰਜੋਏ ਕਰਨ ਵਾਸਤੇ ਸਾਡੇ ਨਾਲ ਬੈਠੇ ਨੇ, ਔਰ ਇਹਨਾਂ ਕੋਲ ਇਜਾਜ਼ਤ ਲੈ ਕੇ ਅਸੀਂ ਇੰਜੋਏ ਕੀਤਾ। ਸਰ ਬਹੁਤ ਸ਼ੁਕਰੀਆ, ਕੋਈ ਗੱਲ ਬੁਰੀ ਲੱਗੀ ਹੋਵੇ ਸਰ ਮਾਜ਼ਰਤ। ਚਲੋ ਜੀ ਬਸ ਹੋਏ, ਮੋਗੇ ਹੀ ਆ, ਮੈਂ ਵਾਈਂਡ ਅਪ ਕਰਤਾ ਹੁਣ, ਚਪੇੜ ਵੀ ਮਾਰ ਦੇਣੀ ਉਹਨਾਂ ਨੇ, ਉਦੋਂ ਦੇ ਮੈਨੂੰ ਦੋ ਤਿੰਨ ਵਾਰੀ ਕਹਿਤਾ ਕਿ ਯਾਰ ਵੀਡੀਓ ਬੰਦ ਹੋ ਗਈ। ਨਹੀਂ ਸੌਰੀ ਭਾਈ, ਲੋ ਜੀ ਵਜ਼ੀਰਾਬਾਦ ਦਾ ਚਾਕੂ ਆ, ਹੱਥ ਚ ਨੀ ਪੂਰਾ ਆਉਣ ਡਿਆ ਬੇਟੇ, ਤੇਰੇ ਅੰਦਰ ਪੂਰਾ ਆਏਗਾ, ਇਹਦੇ ਨਾਲ ਸਿਰਫ ਫਿੰਡਸੀਆਂ ਫੋੜੇ ਲਾਉਣੇ ਆ। ਨਹੀਂ ਇਹਦੇ ਨਾਲ ਬੜੀ ਬੜੀ ਕੀਮਤੀ ਚੀਜ਼ ਵੀ ਲੱਗ ਸਕਦੀ ਹੈ। ਇਹ ਜਨਾਬ ਜੀ ਮੇਨ ਜੀ ਟੀ ਰੋਡ ਆ ਵਜ਼ੀਰਾਬਾਦ ਦਾ ਦੌਂਕਲ ਮੋੜ ਤੇ ਡਾਕਟਰ ਸੌਸੀ। ਯੈਸ ਸਰ ਜੀ, ਬਹੁਤ ਅੱਛਾ ਸੀ, ਕਿਆ ਬਾਤ ਆ, ਜ਼ਿੰਦਗੀ 'ਚ ਮੈਂ ਤਾਂ ਨਹੀਂ ਜੇ ਜਿਹਦੇ ਬਰਗਰ ਖਾਧੇ, ਮੈਂ ਨਹੀਂ ਖਾਧਾ ਕਦੀ ਇੰਨੇ ਦਾ ਬਰਗਰ। ਬਹੁਤ ਮਜ਼ਾ ਆਇਆ ਬਰਗਰੋਂ ਕਾ, ਆਪ ਯਹਾਂ ਪੇ ਆਏ ਵਜ਼ੀਰਾਬਾਦ, ਜਬ ਵੀ ਆਪ ਆਏ ਬਲਕਿ ਵਜ਼ੀਰਾਬਾਦ ਕਾ ਜੋ ਲੋਕ ਵੀ ਹੈ, ਮੈਂ ਯਾਰ ਦੇਖਣਾ ਚਾਹੀਏ 320 ਰੁਪਏ ਕੋਈ ਕੋਈ ਨਹੀਂ ਹੈਗੇ, ਜਿੱਡਾ ਵੱਡਾ ਬਰਗਰ ਸੀ ਮਾਸ਼ਾਅੱਲਾ, ਦੋ ਮੂੰਹ ਹੁਣ ਤਾਂ ਇੱਡਾ ਬਰਗਰ ਸੀ, ਔਰ ਸੋਸ ਜਿਹੜੀ ਸੀ ਉਹ ਤੇਰੇ ਲਈ ਤਾਂ ਬਹੁਤ ਸੋਸ ਵਾਲੀ ਗੱਲ ਆ ਵੈਸੇ, ਹਨਾ ਸੋਸ ਜਿਹੜੀ ਉਹ ਵੀ ਅੱਛੀ ਸੀ, ਟੇਸਟੀ, ਉਹ ਵੀ ਬਹੁਤ ਮਜ਼ੇਦਾਰ ਸੀ, ਯਾਨੀ ਸਾਰੇ ਟੋਟਲ ਉਹ ਕਿੱਡੇ ਗੌਰ ਨਾਲ ਆਵੇ, ਸਰ ਥੈਂਕ ਯੂ ਵੈਰੀ ਮਚ। ਉੱਥੇ ਖਾਣਾ ਪੈ ਜਾਏ ਆਪਾਂ ਤਿੰਨ ਸਾਲ, ਅਗਰ ਫੈਸਲਾਬਾਦ ਮੈਂ ਦਿਲ ਕਰੇ ਖਾਣੇ ਦਾ ਤਾਂ ਪਾਰਸਲ ਹੋ ਜਾਏਗਾ ਵਜ਼ੀਰਾਬਾਦ, ਫਿਰ ਤੁਸੀਂ ਉੱਥੇ ਵੀ ਦੁਕਾਨ ਖੋਲੋ। ਆਪਨੇ ਓਨਰ ਸੇ ਕਹਿਣਾ ਕਿ ਜੀ ਸਜਾਦ ਜਾਨੀ ਸਾਹਿਬ ਆਏ ਥੇ ਸਿਟੀ 412 ਸੇ, ਵੋ ਕਹਿ ਰਹੇ ਥੇ ਕਿ ਜੇ ਬ੍ਰਾਂਚ ਫੈਸਲਾਬਾਦ ਵੀ ਖੋਲੇ, ਨਾਲ ਮਿੱਠਾਪੁਰੀਆ ਵੀ ਆਇਆ ਸੀ, ਬਸ ਠੀਕ ਆ।